ਲੋਕਾਂ ਨੂੰ ਨਾਲ ਲੈ ਕੇ, ਆਪਣੇ ਲੀਡਰ ਸਾਹਿਬਾਨ ਨੂੰ ਨਾਲ ਲੈ ਕੇ ਆਇਆ ਭਰਨ ਵਾਸਤੇ, ਅਤੇ ਪਰਮਾਤਮਾ ਦੇ ਘਰ ਦੇ ਵਿੱਚ ਅਰਦਾਸ ਕਰਕੇ ਆਇਆ ਕਿ ਵਾਹਿਗੁਰੂ ਪਰਮਾਤਮਾ ਮੇਤੋਂ ਚੰਗੇ ਕੰਮ ਕਰਾਵੇ ਜੇ, ਅਤੇ ਮੈਨੂੰ ਜਿਤਾਵੇ ਲੋਕ, ਅਤੇ ਮੈਂ ਚੰਗੇ ਕੰਮ ਇੱਥੋਂ ਨਸ਼ਾ ਖਤਮ ਕਰ ਸਕਾਂ। ਇੱਥੇ ਜਲੰਧਰ ਦੇ ਵਿੱਚ ਦੜੇ ਸੱਟੇ ਦਾ ਕੰਮ ਚੱਲ ਸਕਦਾ, ਚੱਲ ਰਿਹਾ, ਚਾਹੇ ਉਹ ਰਿੰਕੂ ਹੈ, ਚਾਹੇ ਉਹ ਸ਼ੀਤਲ ਉਗਰਾਲ ਹੈ, ਚਾਹੇ ਰਮਨ ਅਰੋੜਾ ਹੈ। ਪਹਿਲਾਂ ਸ਼ੀਤਲ ਉਗਰਾਲ ਅਤੇ ਰਿੰਕੂ ਚਲਾਉਂਦੇ ਸੀ, ਹੁਣ ਉਹ ਚਲੇ ਗਿਆ ਬੀਜੇਪੀ 'ਚ, ਹੁਣ ਰਮਨ ਉਗਰਾਲ ਇੱਥੇ ਦੀ ਸਰਕਾਰ ਦੀ ਸ਼ਹਿ ਦੇ ਨਾਲ ਚਲਾ ਰਿਹਾ। ਕੱਲ੍ਹ ਜਿਹੜੇ ਬੰਦੇ ਫੜੇ ਹੈ ਉਹ ਸ਼ੀਤਲ ਉਗਰਾਲ ਅਤੇ ਰਿੰਕੂ ਦੇ ਹੈ, ਜਿਨ੍ਹਾਂ ਦੇ ਘਰ ਤੋਂ ਚਿੱਟਾ ਮਿਲਿਆ, ਹੈਰੋਇਨ ਮਿਲੀ ਹੈ। ਉਹ ਬੰਦੇ ਵੀ ਹੈਗੇ ਆ ਇੱਥੇ, ਜਿਨ੍ਹਾਂ ਸੇਠੀ ਹੈ ਇੱਕ ਨਾਮ ਦਾ, ਜਿਹੜਾ ਦੜਾ ਸੱਟੇ ਦਾ ਕਾਰੋਬਾਰ ਕਰਦਾ, ਜੇਲ੍ਹ ਵੀ ਜਾ ਕੇ ਆਇਆ, ਉਹ ਰਿੰਕੂ ਦਾ ਬੰਦਾ ਹੈ। ਰਿੰਕੂ ਨੂੰ ਉਹਨੇ 10 ਤੋਲੇ ਦੀ ਚੈਨ ਉਹਦੇ ਜਨਮ ਦਿਨ 'ਤੇ ਪਾਈ ਸੀ। ਕੌਣ ਪਾਉਂਦਾ 10 ਤੋਲੇ ਚੈਨ? ਸੋ ਮੈਂ ਇਹ ਚੀਜ਼ਾਂ ਇੱਥੋਂ ਖਤਮ ਕਰਨ ਆਇਆ। ਦੇਖੋ ਜੀ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ 'ਤੇ ਆਪਣੀ ਸਾਰੀ ਲੀਡਰਸ਼ਿਪ ਨਾਲ ਬੀਬੀ ਜੀ ਸਾਡੇ ਇੰਚਾਰਜ ਨੇ, ਬਟਾਲਾ ਸਾਹਿਬ ਸਾਡੇ ਪ੍ਰਧਾਨ ਨੇ, ਖਹਿਰਾ ਸਾਹਿਬ ਸਾਰੇ ਜਿੰਨੇ ਸਾਡੇ ਨਵਾਂ ਹਲਕਿਆਂ ਦੇ ਇੰਚਾਰਜ ਆ, ਬਾਕੀ ਸਾਡੇ ਸਰਕਾਰਾਂ ਵਰਕਰ ਜਿਹੜੇ ਆ, ਅੱਜ ਇਕੱਠੇ ਹੋ ਕੇ ਅਸੀਂ ਨੋਮੀਨੇਸ਼ਨ ਪੇਪਰ ਫਾਈਲ ਕਰਨ ਆਏ ਹਾਂ। ਔਰ ਅਕਾਲੀ ਦਲ ਬੜੀ ਚੜ੍ਹਦੀ ਕਲਾ ਦੇ ਵਿੱਚ ਆ, ਔਰ ਜਿੰਨਾ ਅਕਾਲੀ ਦਲ ਦੇ ਵਿੱਚ ਇਸ ਵੇਲੇ ਜੋਸ਼ ਹੈ, ਅਸੀਂ ਸਮਝਦੇ ਹਾਂ ਕਿ ਇਹਦੇ ਨਾਲ ਜਲੰਧਰ ਦੀ ਸੀਟ ਜਿਹੜੀ ਆ, ਇਹਦਾ ਬੜਾ ਇੰਟਰਸਟਿੰਗ ਜਿਹੜਾ ਹੈਗਾ ਕੰਟੈਸਟ ਹੋ ਗਿਆ ਹੈਗਾ। ਔਰ ਅਸੀਂ ਪੂਰੀ ਆਸ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਸਾਡਾ ਸਵਾਗਤ ਹੋ ਰਿਹਾ, ਭਰਮੇ ਸਾਡਾ ਲੋਕ ਜਿਹੜੇ ਆ ਸਾਡੇ ਨਾਲ ਜੁੜ ਰਹੇ ਨੇ, ਔਰ ਖਾਸ ਤੌਰ ਦੇ ਉੱਤੇ ਜਿਹੜੇ ਸ਼ਹਿਰ ਦੇ ਜਾਂ ਹੋਰ ਆਲੇ ਦੁਆਲੇ ਦੇ ਲੋਕੈਲਿਟੀਜ਼ ਦੇ ਲੋਕ ਹੈ, ਉਹਨਾਂ ਦਾ ਬਹੁਤ ਅੱਛਾ ਹੁੰਗਾਰਾ ਮਿਲਿਆ। ਇਹ ਉਹ ਸਰਕਾਰ ਆ ਜਿਹੜੀ ਕਹਿੰਦੀ ਸੀ ਅਸੀਂ VIP ਕਲਚਰ ਨੂੰ ਨਹੀਂ ਮੰਨਦੇ, ਅਸੀਂ ਕੋਈ ਗੱਡੀਆਂ ਨਹੀਂ ਰੱਖਾਂਗੇ। ਹੁਣ ਜਦੋਂ CM ਸਾਹਿਬ ਆਉਂਦੇ ਆ ਅਤੇ ਸਾਰੇ ਸ਼ਹਿਰ 'ਚ ਕਰਫਿਊ ਲੱਗ ਜਾਂਦਾ, ਤੁਸੀਂ ਆਪ ਗਿਆ ਬੱਚੇ ਨੂੰ ਅੰਦਰ ਡੱਕਿਆ, ਇੰਨੀ ਗਰਮੀ ਦੇ ਵਿੱਚ ਇਹਨਾਂ ਨੂੰ ਇਹ ਤਰਸ ਨਹੀਂ ਆਇਆ ਕਿ ਬੱਚੇ ਉੱਥੇ ਅੰਦਰ ਬਿਮਾਰ ਹੋ ਜਾਣਗੇ? ਅਤੇ ਜੇ ਇੱਦਾਂ ਦਾ ਕੰਮ ਕਰਨਗੇ ਤਾਂ ਬੱਸੀਸਾਂ ਲੈਣਗੇ ਨਾ, ਉਹਨਾਂ ਨੂੰ ਬੱਸੀਸਾਂ ਲੱਗਣਗੀਆਂ ਉਹਨਾਂ ਦੀਆਂ। ਮੈਂ ਤਾਂ ਇਹ ਸਮਝਦਾ ਕਿ 5 ਤਰਫੇ ਮੁਕਾਬਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਾਡਾ ਵੋਟਰ ਹੈ ਇਹ ਕੰਸੋਲੀਡੇਟ ਹੈ, ਔਰ 5 ਤਰਫਾ ਮੁਕਾਬਲਾ ਦਾ ਸਿੱਧਾ ਫਾਇਦਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਚੋਣਾਂ ਦੇ ਵਿੱਚ ਮਿਲਣ ਦਾ। ਸਰ, ਬਾਈ ਇਲੈਕਸ਼ਨ ਚੱਲ ਰਿਹਾ ਸੀ ਕਿ ਪਿੰਡਾਂ ਵਿੱਚ ਘੱਟ ਆ ਰਿਹਾ ਸੀਗਾ ਬੀਜੇਪੀ ਨੂੰ, ਇਸ ਬਾਰੇ ਕੀ ਲੱਗਦਾ ਪਿੰਡਾਂ 'ਚ? ਦੇਖੋ, ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਕੰਮ ਕੀਤੇ ਆ, ਡਿਵੈਲਪਮੈਂਟ ਕਰਵਾਈ ਆ, ਔਰ ਜਿਹੜੇ ਸੂਬੇ ਜਿਨ੍ਹਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਜਿਸ ਤਰੀਕੇ ਦੇ ਨਾਲ ਉਹ ਸੂਬੇ ਅੱਜ ਅੱਗੇ ਵਧੇ ਆ, ਔਰ ਬੜੀ ਮੈਂ ਮਤਲਬ ਅਫਸੋਸ ਨਾਲ ਕਹਿ ਸਕਦਾ ਕਿ ਪੰਜਾਬ ਜਿਹੜਾ ਪਹਿਲੇ ਨੰਬਰ ਦਾ ਸੂਬਾ ਹੁੰਦਾ ਸੀ ਅੱਜ 17ਵੇਂ ਨੰਬਰ 'ਤੇ ਚਲਾ ਗਿਆ।